वाहिगुरू जी का खालसा वाहिगुरू जी की फतेह। अज असी जल चेतना यात्रा के तहत जिला तरन तारण के पिंड लौका दे विच आए, जिहड़ा कि ब्लाक पट्टी दे विच इह पैंदा, पट्टी तो बिल्कुल नज़दीक ही है। तो इत्थे असी एक नौजवान किसान गुरप्रीत सिंह तथा उन्हां दी धर्मपत्नी नवजीत कौर उन्हां दे नाल गल करांगे। इह पढ़न दे वास्ते न्यूजीलैंड गए सीगे, तो न्यूजीलैंड पढ़ाई करन तों बाद पिछले कोई 5 साल तो दोबारा पंजाब दे विच आ के रहन लगे, तो अपनी होर किरत कमाई दे नाल इन्हां ने जिहड़ी इन्हां दी आपदी घर दी जमीन सीगी उहदे विच कुदरती तौर दे उत्ते जिहड़ा खेती दी उपज करन दे लई तथा जिहड़ा असीं आ देखदे हां कि जिहड़े पशु हैगे उह पंजाब दीआं पुराणियां अपणियां नसलां साहीवाल गां जां जिहड़ियां अपणियां देसी मझां सीगियां, मतलब टोटल जिहड़ा खेतीबाड़ी या खेतीबाड़ी दे नाल जिहड़े भी सहायक धंदे हैगे उहनां सारिआं दे विच कुदरती तरीके दे नाल जिहड़ा खेतीबाड़ी नूं इह करन दा तजर्बा कर रहे। तो शुरुआत हुण इहनां नूं 2 तों 3 साल हो गए, इह 2.5 साल इस मसले दे विच, तो इहनां दी किस तरीके दा इह तजर्बा रहा जां किद्दां दी प्लैनिंग हैगी उहदे संबंधी असीं गल करांगे। तो सब तो पहलां मैं गुरप्रीत सिंह हुणां नूं ते नवजीत कौर हुणां नूं जी आयां आखदा, वाहिगुरू जी का खालसा वाहिगुरू जी की फतेह। अच्छा गुरप्रीत सिंह जी, एक जिस तरीके दे नाल सानूं आपदा इह सारे खेत दिखाए इह दिखाया, तो इहदे विच जिहड़ी कुदरती खेती करन दी तुहाडी प्रेरणा हैगी आ उहदा स्रोत क्या रहा, किद्दां मन च आई इह गल? ਇਹ ਅਸੀਂ ਜਦੋਂ ਨਿਊਜ਼ੀਲੈਂਡ ਤੋਂ ਆਏ ਸੀਗੇ, ਉਹ ਤੋਂ ਪਹਿਲਾਂ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਜਾਂ ਮਤਲਬ ਜਿਹੜੇ ਸਾਡੇ ਘਰ ਦੇ ਮੈਂਬਰ ਸੀਗੇ ਉਹ ਸਾਰੇ ਜਿੱਦਾਂ ਮਤਲਬ ਰਵਾਇਤੀ ਖੇਤੀ ਜਿਹੜੀ ਪੰਜਾਬ ਦੀ ਜਿਵੇਂ ਕਰਦੇ ਆ ਕਿ ਜਿਵੇਂ ਮਤਲਬ ਜੋ ਵੀ ਸਪਰੇਆਂ ਵਗੈਰਾ ਜਾਂ ਰਿਹਾ ਸਪਰੇਆਂ ਵਗੈਰਾ ਵਰਤਦੇ ਹਨ, ਅਤੇ ਅਸੀਂ ਇਹ ਚੀਜ਼ ਦੇ ਮਤਲਬ ਸ਼ੁਰੂ ਤੋਂ ਹੀ ਹੱਕ 'ਚ ਨਹੀਂ ਸੀਗੇ, ਜਿਹਦੀ ਵਜ੍ਹਾ ਨਾਲ ਮਤਲਬ ਸਾਨੂੰ ਭਾਵੇਂ ਨਿਊਜ਼ੀਲੈਂਡ ਤੋਂ ਆਇਆ ਹੋਇਆ ਨੂੰ 5 ਸਾਲ ਹੋ ਗਏ ਆ, ਪਰ ਫਿਰ ਵੀ ਜਿਹੜਾ ਸੀਗਾ ਅਸੀਂ ਉਹਨਾਂ ਨਾਲ ਜਿਹੜਾ ਖੇਤੀ ਦੇ ਵਿੱਚ ਨਹੀਂ ਸੀਗੇ ਹੈਗੇ। ਪਿਛਲੇ ਫਿਰ 3 ਸਾਲ ਤੋਂ ਜਦੋਂ ਉਹਨਾਂ ਨਾਲ ਅਸੀਂ ਜ਼ਿਆਦਾ ਮਤਲਬ ਉਹਨਾਂ ਨੂੰ ਜਦੋਂ ਅਸੀਂ ਆਖਿਆ, ਅਤੇ ਉੱਤੋਂ ਉਸ ਸਮੇਂ ਹੀ ਜਿਹੜਾ ਸੀਗਾ ਜਿਵੇਂ ਸੰਸਥਾ ਜਿਹੜੀ ਪਿੰਗਲਵਾੜਾ ਸੰਸਥਾ ਜਿਹੜੀ ਅੰਮ੍ਰਿਤਸਰ ਹੈਗੀ ਆ ਉਹਦੇ ਬਾਰੇ ਸਾਨੂੰ ਅਸੀਂ ਸੁਣਦੇ ਅਤੇ ਪੜ੍ਹਦੇ ਸੀਗੇ, ਅਤੇ ਫਿਰ ਅਸੀਂ ਸਾਨੂੰ ਉਹਨਾਂ 'ਤੇ ਉਹਨਾਂ ਕੋਲ ਜਾਣ ਦਾ ਮੌਕਾ ਮਿਲਿਆ, ਅਤੇ ਉਹਨਾਂ ਤੋਂ ਇੱਕ ਲੀਪ ਹੈਗੀ, ਇੱਕ ਸ਼ੁਰੂਆਤ ਹੋ ਗਈ ਸਾਡੀ ਕਿ ਮਤਲਬ ਹਾਂ ਵੀ ਅਸੀਂ ਇਸ ਪਾਸੇ ਆਉਣਾ। ਓਕੇ, ਠੀਕ ਆ ਜੀ। ਕਰਾ ਕੇ ਘਰ ਦੇ ਵਿੱਚ ਚਲੋ ਝਗੜਾ ਵੀ ਹੋਇਆ, ਬੜਾ ਕੁਝ ਹੋਇਆ ਘਰ ਦੇ ਵਿੱਚ, ਕਰਾ ਕੇ ਉਹਨਾਂ ਨੂੰ ਮਨਾਇਆ ਕਿ ਅਸੀਂ ਕੁਦਰਤੀ ਖੇਤੀ ਕਰਨੀ ਆ, ਅਤੇ ਹੁਣ ਇਹ ਹਾਲ ਦੀ ਘੜੀ ਜਿਹੜਾ ਸਾਡਾ ਪਰਿਵਾਰ ਆ ਉਹ ਤਕਰੀਬਨ ਸਾਰਾ ਜਿਹੜਾ ਸਾਡਾ ਪੂਰਾ ਸਾਥ ਦੇ ਰਿਹਾ ਜੀ ਕੁਦਰਤੀ ਖੇਤੀ ਵਿੱਚ। ਪਹਿਲੀ ਫਸਲ ਕਿਹੜੀ ਬੀਜੀ ਤੁਸੀਂ? ਪਹਿਲੀ ਫਸਲ ਜਿਹੜੀ ਆ ਕਣਕ ਬੀਜੀ ਸੀਗੀ। ਅੱਛਾ, ਬੰਸੀ ਗੋਲਡ ਇਹ ਜੇ ਉਹ ਜਿਹੜਾ ਬੀਜ ਸਾਨੂੰ ਸੀਗਾ 2 ਕਿਲੋ ਬੀਜ ਜਿਹੜਾ ਸੀਗਾ ਸਾਨੂੰ ਪਿੰਗਲਵਾੜਾ ਸੰਸਥਾ ਤੋਂ ਮਿਲਿਆ ਸੀਗਾ। ਠੀਕ ਹੈ। ਜੋ ਕਿ ਮਤਲਬ ਅਸੀਂ 1/2 ਕਿੱਲੇ ਦੇ ਵਿੱਚ ਜਿਹੜਾ ਇਕੱਲਾ ਇਕੱਲਾ ਬੀਜ ਚੋਬ ਕੇ ਉੱਤੋਂ ਅਸੀਂ ਗਾਂ ਅੱਗੇ ਬੀਜ ਤਿਆਰ ਕੀਤਾ, ਅਤੇ ਫਿਰ ਉੱਤੋਂ ਗਾਂ ਅਸੀਂ ਜਿਹੜਾ ਕਣਕ ਦਾ ਬੀਜ ਵਧਾ ਕੇ ਅਤੇ ਆਪਦੇ ਜਿਹੜੀ 7 ਕਿੱਲੇ ਜ਼ਮੀਨ ਜਿਹਦੇ ਵਿੱਚ ਮੈਂ ਹੁਣ ਖੇਤੀ ਕਰਦਾ ਉਹਦੇ ਵਾਸਤੇ ਬੀਜ ਤਿਆਰ ਕੀਤਾ। ਇਹ ਕੁਦਰਤੀ ਖੇਤੀ ਦੀ ਜਿਹੜੀ ਹੁਣ ਸਾਡੀ ਭਵਿੱਖ ਦੀ ਪਲੈਨਿੰਗ ਹੈਗੀ ਆ, ਕਿਹੜੀ ਕਿਹੜੀਆਂ ਫਸਲਾਂ ਸਾਨੂੰ ਲੱਗਦੀਆਂ ਵੀ ਜਿਹੜੀਆਂ ਕੁਦਰਤੀ ਤੌਰ 'ਤੇ ਤੁਸੀਂ ਠੀਕ ਉਗਾ ਸਕਦੇ? ਫਸਲਾਂ ਦੇ ਵਿੱਚ ਜੋ ਅਸੀਂ ਸੋਚਦੇ ਹਾਂ, ਇੱਕ ਹਲਦੀ, ਕਣਕ, ਗੰਨਾ। ਠੀਕ ਹੈ, ਠੀਕ ਆ ਜੀ। ਗੰਨੇ ਤੋਂ ਗੁੜ ਦਾ ਜਿਹੜਾ ਅਸਾਂ ਸੋਚਿਆ ਵਾ, ਉਸ ਤੋਂ ਬਾਅਦ ਕੋਸ਼ਿਸ਼ ਇਹ ਆ ਕਿ ਛੋਲਿਆਂ ਦੀ ਦਾਲ, ਮਿਲਟਸ ਵਗੈਰਾ ਜਿਹੜੇ ਆ ਉਹਨਾਂ ਵੱਲ ਜਿਹੜਾ ਕਰਨਾ। ਅੱਛਾ, ਇੱਕ ਤਾਂ ਜਦੋਂ ਕੁਦਰਤੀ ਖੇਤੀ ਦੀ ਗੱਲ ਆਉਂਦੀ ਹੈ ਨਾ, ਇੱਕ ਤਾਂ ਇਹ ਗੱਲ ਆਉਂਦੀ ਹੈ ਕਿ ਆਪਾਂ ਰੇਹ ਜਾਂ ਸਪਰੇ, ਕੀਟਨਾਸ਼ਕ ਜਿੰਨੀਆਂ ਵੀ ਤਰ੍ਹਾਂ ਉਹਨਾਂ ਤੋਂ ਬਿਨਾਂ ਕਰੀਏ, ਹੈ ਨਾ। ਇੱਕ ਗੱਲ ਦੂਜੀ ਆਉਂਦੀ ਹੈ ਕਿ ਜਿੰਨਾ ਟਾਈਮ ਤੱਕ ਅਸੀਂ ਬੀਜ ਕੁਦਰਤੀ ਨਹੀਂ ਵਰਤਦੇ ਉਹ ਵੀ ਪੂਰੀ ਤਰੀਕੇ ਨਾਲ ਕੁਦਰਤੀ ਖੇਤੀ ਨਹੀਂ ਖਾ ਸਕਦੇ, ਤੋ ਬੀਜ ਜਿਹੜੇ ਹੈਗੇ ਆ ਉਹ ਫਿਰ ਤੁਸੀਂ ਕਿਹੜੇ ਜਿਹੜੇ ਨੋਰਮਲ ਹਾਈਬ੍ਰਿਡ ਬੀਜ ਆਉਂਦੇ ਆ, GMB ਆਉਂਦੇ ਆ, ਉਹ ਵਰਤਦੇ ਜਾਂ ਦੇਸੀ ਬੀਜ ਵਰਤੋਂਗੇ? ਅਜੇ ਤੱਕ ਤਾਂ ਕੋਸ਼ਿਸ਼ ਇਹੀ ਹੈ ਕਿ ਜਿਵੇਂ ਜਿਹੜੇ ਆ ਉਹ ਦੇਸੀ ਅਤੇ ਜਿਹੜੇ ਪੁਰਾਣੇ ਬੀਜ ਆ ਉਹੀ ਵਰਤੇ ਜਾਣ, ਪਰ ਕਈ ਵਾਰ ਇੱਦਾਂ ਹੋ ਜਾਂਦਾ ਕਿ ਕੁਝ ਬੀਜ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ, ਉਹ ਫਿਰ ਸਾਡੀ ਮਜਬੂਰੀ ਬਣ ਜਾਂਦੀ ਹੈ ਕਿ ਹਾਈਬ੍ਰਿਡ ਬੀਜ ਜਿਹੜੇ ਮਤਲਬ ਅਸੀਂ ਸੋਧ ਲੈਂਦੇ ਹਾਂ, ਬਹੁਤ ਫਰਕ ਪੈਂਦਾ ਵਾ, ਪਰ ਇਹ ਕਿ ਗਾਂ ਅੱਗੇ ਫਿਰ ਅਸੀਂ ਆਪਣੇ ਖੁਦ ਦੇ ਬੀਜ ਸਾਂਭਾਂਗੇ। ਠੀਕ। ਅੱਛਾ, ਦੂਜਾ ਇੱਕ ਤਾਂ ਮਾਡਲ ਬਹੁਤੇ ਬੰਦੇ ਕੁਦਰਤੀ ਖੇਤੀ ਜਿੱਦਾਂ ਤੁਸੀਂ ਦੱਸਿਆ ਇਸ ਕਰਕੇ ਆਏ ਕਿ ਤੁਹਾਡਾ ਮੇਨ ਮੋਟੀਵੇਸ਼ਨ ਇਹ ਸੀਗਾ ਕਿ ਜਿਹੜੀ ਸਾਡੀ ਫੂਡ ਚੇਨ ਦੇ ਵਿੱਚ ਜ਼ਹਿਰ ਆ ਰਹੀ ਆ ਉਹ ਤਾਂ ਜਿਹੜੇ ਜਾਂ ਇਕੋਲੋਜੀਕਲ ਪਾਣੀ ਮਿੱਟੀ ਦੇ ਇੰਬੈਲੈਂਸ ਹੋ ਰਹੇ ਉਹ, ਕੁਛ ਬੰਦੇ ਇਸ ਕਰਕੇ ਕੁਦਰਤੀ ਖੇਤੀ ਜਾਣਾ ਚਾਹੁੰਦੇ ਆ ਕਿ ਇਹਦੇ ਵਿੱਚੋਂ ਸ਼ਾਇਦ ਜਿਹੜੀਆਂ ਔਰਗੈਨਿਕ ਪ੍ਰੋਡਕਟ ਹੈਗੀਆਂ ਉਹ ਮਹਿੰਗੇ ਭਾਅ ਵਿਕਦੀਆਂ ਕਿ ਮੁਨਾਫਾ ਜ਼ਿਆਦਾ ਹੁੰਦਾ, ਇਸ ਕਰਕੇ ਆਉਣਾ ਚਾਹੁੰਦੇ ਆ। ਤੋ ਉਦੋਂ ਬਾਅਦ ਮੁਨਾਫਾ ਵੱਧ ਲੈਣ ਦੇ ਲਈ ਇੱਕ ਤਾਂ ਆਪਣਾ ਕੰਮ ਪ੍ਰੋਡਕਸ਼ਨ ਦਾ ਹੋਗਾ, ਤੁਸੀਂ ਦੱਸਿਆ ਵੀ ਅਸੀਂ ਆਹ ਫਸਲਾਂ ਬੀਜਾਂਗੇ, ਪ੍ਰੋਡਕਸ਼ਨ ਤੋਂ ਅਗਲਾ ਕੰਮ ਹੁੰਦਾ ਉਹਦੀ ਪ੍ਰੋਸੈਸਿੰਗ ਦਾ ਜੀ, ਜਿਹੜੀਆਂ ਹੁਣ ਤੁਸੀਂ ਫਸਲਾਂ ਦੱਸੀਆਂ ਕਣਕ ਜਾਂ ਕਮਾਦ ਜਾਂ ਕੋਧਰਾ,
ਇਹਨਾਂ 'ਚ ਤੁਸੀਂ ਕਿਸੇ ਦੀ ਪ੍ਰੋਸੈਸਿੰਗ ਦੇ ਬਾਰੇ ਵੀ ਸੋਚਦੇ ਹਾਂ ਵੀ ਇਹਦੀ ਪ੍ਰੋਸੈਸਿੰਗ ਕਰੀਏ? ਪ੍ਰੋਸੈਸਿੰਗ ਤਕਰੀਬਨ ਜਿੰਨੀਆਂ ਵੀ ਅਸੀਂ ਜਿਹੜੀਆਂ ਫਸਲਾਂ ਉਗਾਉਂਦੇ ਹਾਂ ਉਹ ਸਾਡੇ ਵੱਲੋਂ ਕੋਸ਼ਿਸ਼ ਤਾਂ ਇਹੀ ਆ ਕਿ ਹਰ ਇੱਕ ਚੀਜ਼ ਦੀ ਇੱਕ ਪ੍ਰੋਸੈਸਿੰਗ ਕਰਕੇ ਹੀ ਬਾਜ਼ਾਰ ਦੇ ਵਿੱਚ ਪਾਈਆਂ ਜਾਣ। ਠੀਕ ਹੈ ਜੀ। ਨੰਬਰ 2 ਤਾਂ ਇਹ ਆ ਕਿ ਇਸ ਚੀਜ਼ ਦੀ ਕੋਈ ਅਜੇ ਜੇ ਆਪਾਂ ਕੋਈ ਬਫਰ ਦੀ ਗੱਲ ਕਰਦੇ ਹਾਂ ਜਾਂ ਇਹ ਬਫਰ ਦੇ ਵਿੱਚ ਕੋਈ ਖਰੀਦੇ ਵੱਡੀ ਮਾਤਰਾ ਦੇ ਵਿੱਚ, ਉੱਦਾਂ ਦੀ ਕੋਈ ਮਾਰਕੀਟ ਹਜੇ ਹੈ ਵੀ ਨਹੀਂ ਗੀ। ਅਤੇ ਸਾਡੇ ਵੱਲੋਂ ਕੋਸ਼ਿਸ਼ ਤਾਂ ਇਹੀ ਆ ਕਿ ਜਿੰਨੇ ਵੀ ਪ੍ਰੋਡਕਟ ਅਸੀਂ ਜਿਹੜੇ ਆਪਦੇ ਖੇਤਾਂ ਵਿੱਚ ਉਗਾਉਂਦੇ ਹਾਂ ਉਹਨਾਂ ਦੀ ਜਿਹੜੀ ਆ ਉਹ ਪ੍ਰੋਸੈਸਿੰਗ ਕਰਕੇ ਹੀ ਅੱਗੇ ਜਿਹੜਾ ਉਹ ਮਾਰਕੀਟ ਦੇ ਵਿੱਚ। ਤੁਹਾਨੂੰ ਇੰਨਾ ਵਿਸ਼ਵਾਸ ਹੈਗਾ ਕਿ ਜਿੰਨੀ ਤੁਹਾਡੀ ਉਪਜ ਹੈਗੀ ਜੇ ਤੁਸੀਂ ਉਹਦੀ ਪ੍ਰੋਸੈਸਿੰਗ ਕਰ ਲਓਗੇ ਉਹਦੀ ਤੁਹਾਨੂੰ ਗਾਹਕ ਮਿਲ ਜਾਣਗੇ, ਮਾਰਕੀਟ ਮਿਲ ਜੂ? ਗਾਹਕ ਦਾ ਤਾਂ ਇੱਦਾਂ ਵਾ ਕਿ ਜਿਹੜੇ ਔਰਗੈਨਿਕ ਚੀਜ਼ਾਂ ਜਾਂ ਕੁਦਰਤੀ ਚੀਜ਼ਾਂ ਜਿਹੜੀਆਂ ਕੁਦਰਤੀ ਢੰਗ ਨਾਲ ਉਗਾਈਆਂ ਜਿਹੜੀਆਂ ਫਸਲਾਂ ਵਾ, ਹੁਣ ਗਾਹਕਾਂ ਦੀ ਤਾਂ ਕੋਈ ਸ਼ੋਰਟੇਜ ਨਹੀਂ ਹੈਗੀ ਮਾਰਕੀਟ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਕਣਕ ਤਾਂ ਇੱਦਾਂ ਸੀਗਾ ਕਿ ਮੈਂ ਜਦੋਂ ਦਿੱਤੀ ਆ ਕਣਕ ਜੋ ਸੇਲ ਕੀਤੀ ਆ ਅਤੇ ਮੈਂ ਇੱਕ ਬੜੇ ਮੈਨੂੰ ਲੱਗਾ ਸ਼ਾਇਦ ਮੈਂ ਉਹੀ ਸੋਚ ਦੇ ਨਾਲ ਕਿ ਹਾਂ ਵੀ ਹੋ ਸਕਦਾ ਕਿ ਨਾ ਵਿਕੇ, ਮੈਂ ਰੇਟ ਘਟਾ ਲਿਆ। ਮੈਂ ਸ਼ਾਇਦ ਹੈ ਨਾ ਮਤਲਬ ਰੇਟ ਘੱਟ ਮਾਰਕੀਟ ਜੋ ਮੰਡੀ ਦਾ ਰੇਟ ਉਹਦੇ ਮੁਤਾਬਕ ਹੀ ਦਿੰਦੇ ਹਾਂ, ਪਰ ਉਹ ਜਦੋਂ ਉਹ ਚੀਜ਼ ਦੀ ਡਿਮਾਂਡ ਦਾ ਮੈਨੂੰ ਪਤਾ ਲੱਗਾ, ਹਾਲਾਂਕਿ ਹਜੇ ਮੈਂ ਕੋਈ ਐਡਵਰਟਾਈਜ਼ਮੈਂਟ ਕੋਈ ਕੁਛ ਨਹੀਂ ਕੀਤਾ, ਸਿੰਪਲ ਇੱਕ ਬੋਰਡ ਲਾਇਆ ਬਾਹਰ ਇੱਥੇ ਕੁਦਰਤੀ ਖੇਤੀ ਕੀਤੀ ਜਾਂਦੀ ਹੈ, ਉਸ ਬੋਰਡ ਦੇ ਉੱਤੋਂ ਹੀ ਸਾਨੂੰ ਮਤਲਬ ਇੰਨੀਆਂ ਕਾਲਸ ਅਤੇ ਇੰਨੀ ਡਿਮਾਂਡ ਕਣਕ ਦੀ ਜਿਹੜੀ ਆਈ ਆ ਜਿਹੜੀ ਅਸੀਂ ਪੂਰੀ ਨਹੀਂ ਕਰ ਸਕੇ। ਉਹਦੇ ਵਿੱਚੋਂ ਤਕਰੀਬਨ ਅਸੀਂ ਵੱਧ ਤੋਂ ਵੱਧ 7 ਜਾਂ 8 ਜਿਹੜੇ ਮਤਲਬ ਲੋਕ ਸੀਗੇ ਜਿਹੜੇ ਕਸਟਮਰ ਸੀਗੇ ਉਹਨਾਂ ਨੂੰ, ਮਤਲਬ ਪ੍ਰਚੂਨ 'ਚ ਹੀ ਆਪਣੀ ਵੇਚਦੇ ਹਾਂ, ਸਾਨੂੰ ਥੋਕ 'ਚ ਵੀ ਜਾਣ ਦੀ ਲੋੜ ਨਹੀਂ ਪੈਂਦੀ, ਪ੍ਰਚੂਨ 'ਚ ਵਿਕ ਜਾਂਦੀ ਹੈ। ਬਿਲਕੁਲ ਬਿਲਕੁਲ, ਇਹ ਬਹੁਤ ਸੌਖੇ ਤਰੀਕੇ ਨਾਲ। ਅੱਛਾ, ਹਾਂਜੀ। ਅੱਛਾ, ਇੱਕ ਅਗਲੀ ਗੱਲ ਇਹ ਹੈ ਕਿ ਜਿਹੜਾ ਜੇ ਤੁਸੀਂ ਬੀ ਕਰ ਲਏ ਕੁਦਰਤੀ ਕੀਟ ਜਾਂ ਪ੍ਰਬੰਧਨ ਵੀ ਆਪਦਾ ਕੁਦਰਤੀ ਕਰ ਲਿਆ, ਉਦੋਂ ਬਾਅਦ ਆਉਂਦੀ ਆ ਖੇਤੀ ਕਰਨ ਦੀ ਤਕਨੀਕ ਦਾ ਮਸਲਾ ਜੀ। ਇੱਕ ਕਹਿੰਦੇ ਮੋਨੋਕਲਚਰ ਹੋਣਾ ਚਾਹੀਦਾ, ਇੱਕ ਕਹਿੰਦੇ ਰਲਮੀ ਖੇਤੀ ਹੋਣੀ ਚਾਹੀਦੀ ਆ, ਤਾਂ ਤੁਸੀਂ ਕਿਸ ਤਰੀਕੇ ਦਾ ਮਾਡਲ ਇੱਥੇ ਅਡੋਪਟ ਕਰੋਗੇ? ਰਲਮੀ ਖੇਤੀ ਕਰੋਗੇ ਜਾਂ ਇੱਕੋ ਮੋਨੋਕਲਚਰ ਕਰਦੇ ਹਾਂ ਇੱਕੋ ਤਰ੍ਹਾਂ ਦੀ ਖੇਤੀ? ਰਲਮੀ ਖੇਤੀ 'ਚ ਇਸ ਤਰ੍ਹਾਂ ਵਾ ਕਿ ਕੋਈ ਵੀ ਪੌਦਾ ਜਿਹੜਾ ਵਾ ਉਹ ਇੱਕ ਦੂਜੇ ਦੀ ਜਿਹੜੀ ਆ ਉਹ ਮਦਦ ਜੇ ਆਪਾਂ ਗੱਲ ਕਰਦੇ ਹਾਂ ਉਹ ਕਰਦਾ ਵਾ। ਰਲਵੀ ਖੇਤੀ ਦੇ ਵਿੱਚ ਜਿਵੇਂ ਆਪਾਂ ਜੇ ਆਪਾਂ ਛੋਲਿਆਂ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਉਹ ਆਪਣੇ ਲਈ ਨਾਈਟ੍ਰੋਜਨ 'ਤੇ ਫਿਕਸ ਕਰਦਾ ਹੀ ਕਰਦਾ ਵਾ, ਪਲੱਸ ਜਿਹੜਾ ਜ਼ਮੀਨ ਦੇ ਵਿੱਚ ਜਿਹੜਾ ਦੂਸਰਾ ਪੌਦਾ ਹੁੰਦਾ ਵਾ ਉਹਨੂੰ ਵੀ ਚਲੋ ਕੁਝ ਪਰਸੈਂਟ ਕਹਿ ਲਈਏ ਉਹਨੂੰ ਨਾਈਟ੍ਰੋਜਨ ਜ਼ਰੂਰ ਫਿਕਸਿੰਗ ਉਹਦੀ ਹੁੰਦੀ ਹੋਏਗੀ। ਅਤੇ ਮੇਰੇ ਮੁਤਾਬਕ ਜੋ ਮੈਨੂੰ ਲੱਗਦਾ ਵਾ ਜਾਂ ਜੋ ਅਜੇ ਤੱਕ ਅਸੀਂ ਕੀਤਾ ਵਾ ਅਤੇ ਜਿੱਥੋਂ ਸਾਨੂੰ ਮਤਲਬ ਪਤਾ ਲੱਗਾ ਵਾ ਕਿ ਮਤਲਬ ਰਲਵੀਂ ਖੇਤੀ ਦੇ ਨਾਲ ਜਿਹੜਾ ਵਾ ਉਹ ਕੁਦਰਤੀ ਖੇਤੀ ਜਿਹੜੀ ਆ ਉਹ ਥੋੜ੍ਹੀ ਜਿਹੀ ਸੌਖੀ ਹੋ ਜਾਂਦੀ ਆ। ਠੀਕ, ਹਾਂਜੀ। ਇੱਕ ਸਵਾਲ ਮੈਂ ਕਹਿੰਦਾ ਕਿ ਇਸ ਜਿਹੜਾ ਤੁਸੀਂ ਜਿੱਦਾਂ ਹੁਣ ਗੰਨੇ ਦਾ ਵੀ ਜੇ ਤੁਸੀਂ ਰਲਮੀ ਖੇਤੀ ਕਰੋਗੇ ਗੰਨੇ ਦੇ ਵਿੱਚ ਵੀ, ਫਿਰ ਜਿਹੜਾ ਪਿੰਗਲਵਾੜੇ ਤੋਂ ਰਾਜਵੀਰ ਸਿੰਘ ਹੁਣੀ ਮਾਡਲ ਕਰਦੇ ਹੁੰਦੇ ਆ ਜਾਂ ਫਗਵਾੜੇ ਤੋਂ ਅਵਤਾਰ ਸਿੰਘ ਹੁਣੀ ਕਰਦੇ ਹੁੰਦੇ ਵੀ ਆਲਮੋਸਟ ਇੱਕ ਕਰਮ ਜਾਣੀ ਕਿ 4-4.5 ਫੁੱਟ ਤੁਸੀਂ ਗੰਨਾ ਬੀਜੋਗੇ, ਫਿਰ 2 ਕਰਮ ਜਾਣੀ ਕਿ 8-9 ਫੁੱਟ ਦੂਜੀ ਫਸਲ ਬੀਜੋਗੇ, ਇਸ ਹਿਸਾਬ ਨਾਲ ਕਰੋਗੇ ਜਿਹੜਾ ਕਮਾਦੀ? ਹਾਂ, ਇਹਦੇ ਨਾਲ ਇਹਦਾ ਇਹ ਵੀ ਆ ਕਿ ਜਿਹੜਾ ਇੱਕ ਜਿਹੜੀ ਮੇਨ ਫਸਲ ਆ ਚਾਹੇ ਗੰਨਾ ਲਾ ਲਓ, ਹੈ ਨਾ, ਗੰਨਾ ਜੇ ਆਪਾਂ ਇੱਕ ਗੈਪ 'ਤੇ ਲੱਗਦਾ ਤਾਂ ਉਹਨੂੰ ਜਿਹੜੀ ਆ ਇੱਕ ਹਵਾ ਦੀ ਪੂਰਤੀ ਜਿਹੜੀ ਆ ਉਹ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹ ਪੂਰੀ ਹੋਊਗੀ। ਧੁੱਪ ਦੀ ਮਤਲਬ ਗੰਨਾ ਜਿਹੜਾ ਵਾ ਉਹ ਸੂਰਜ ਦੀ ਧੁੱਪ ਨਾਲ ਜ਼ਿਆਦਾ ਵਧੀਆ ਵਧਦਾ ਅਤੇ ਉਹਨੂੰ ਪ੍ਰੋਪਰ ਧੁੱਪ ਮਿਲਦੀ ਜੇ ਉਹਨੂੰ ਪ੍ਰੋਪਰ ਗੈਪ ਰੱਖਦੇ ਹਾਂ। ਅਤੇ ਇੱਕ ਰਲਵੀਆਂ ਫਸਲਾਂ ਦਾ ਇਹ ਹੋ ਜਾਂਦਾ ਕਿ ਜਿਹੜੀਆਂ ਘਾਰੂਮਾ ਫਸਲਾਂ ਵਾ ਉਹ ਧਰਤੀ ਤੋਂ ਲੈਂਦੀਆਂ ਵਾ ਅਤੇ ਜਿਹੜੀਆਂ ਗੋਲ ਪੱਤਾ ਵਾ ਉਹ ਫਿਰ ਉਹਨਾਂ ਨੂੰ ਮਤਲਬ ਕਿ ਧਰਤੀ ਨੂੰ ਦਿੰਦਾ ਵਾ, ਇਸ ਕਰਕੇ ਬੈਲੈਂਸ ਬਣਿਆ ਰਹਿੰਦਾ ਵਾ ਜੇ ਦੋ ਫਸਲਾਂ ਇਕੱਠੀਆਂ ਆਪਾਂ ਲਾਉਂਦੇ ਹਾਂ। ਜਿੱਦਾਂ ਹੁਣ ਜਿਹੜਾ ਅਸੀਂ ਤੁਹਾਡੇ ਖੇਤਾਂ ਦੇ ਵਿੱਚ ਦੇਖਿਆ ਇਹ ਜਿਹੜਾ ਹਰੀ ਖਾਦ ਲਈ ਤੁਸੀਂ ਧੀਂਜਣ ਬੀਜਿਆ ਹੈ, ਇਹ ਕਿਸ ਪ੍ਰਥਾਈ ਬੀਜਿਆ? ਕਿਉਂਕਿ ਜਦ ਬਾਕੀ ਸਾਰੀ ਜਗ੍ਹਾ ਆਪਾਂ ਦੇਖਦੇ ਹਾਂ ਬਾਕੀ ਸਾਰੀ ਜਗ੍ਹਾ ਤਾਂ ਹੁਣ ਪੰਜਾਬ 'ਚ ਲਗਭਗ ਸਾਰਾ ਝੋਨਾ ਲੱਗ ਗਿਆ ਹੋਇਆ, ਇਹ ਅਲਟੀਮੇਟਲੀ ਫਸਲ ਦੇ ਤੌਰ 'ਤੇ ਤੁਸੀਂ ਨਹੀਂ ਲਾਓਗੇ, ਇਹ ਹੁਣ ਇਸ ਵੇਲੇ ਸਾਉਣੀ ਦੇ ਵੇਲੇ ਜਿਸ ਵੇਲੇ ਬਿਲਕੁਲ ਪੀਕ 'ਤੇ ਆ ਸਾਰੀ ਝੋਨੇ ਦੀ ਲਵਾਈ, ਅਤੇ ਇਹ ਫਿਰ ਇਹਦਾ ਕਿਆ ਪ੍ਰਯੋਜਨ ਹੈਗਾ ਬੀਜਣ ਦਾ? ਇਹ ਹੁਣ ਅਸੀਂ ਮਤਲਬ ਐਰਕਾ ਜਿਹੜਾ ਝੋਨਾ ਉਹ ਸਕਿੱਪ ਕਰਤਾ ਆ, ਉਹਦੀ ਜਗ੍ਹਾ ਤੇ ਅਸੀਂ ਉਹਨੂੰ ਮਤਲਬ ਜਿੱਦਾਂ ਹੁਣ ਸ਼ੁਰੂ ਤੋਂ ਅਸੀਂ ਧਰਤੀ ਤੋਂ ਲੈਂਦੇ ਹੀ ਆਏ ਹਾਂ ਅਤੇ ਹੁਣ ਅਸੀਂ ਗੰਨਾ ਬੀਜਣ ਲਈ ਧਰਤੀ ਨੂੰ ਕੁਝ ਜਿੰਨਾ ਥੋੜ੍ਹਾ ਬਹੁਤਾ ਦੇ ਸਕਦੇ ਹਾਂ ਔਰਗੈਨਿਕ ਮੈਟਰ ਉਹ ਦੇਵਾਂਗੇ। ਅਤੇ ਇਹ ਇਕੱਲਾ ਢਿੰਜਣ ਨਹੀਂ ਆ, ਇਹ ਜਿੱਦਾਂ ਆਪਣੀ ਥਾਲੀ ਦੇ ਵਿੱਚ ਮਤਲਬ ਕਹਿ ਲਓ ਕਿ ਚੌਲ ਵੀ ਆ, ਫੁਲਕਾ ਅਤੇ ਸਬਜ਼ੀ ਅਤੇ ਸਾਰਾ ਕੁਛ ਮਿਕਸ ਕਰਕੇ ਜਿੱਦਾਂ ਵਿੱਚ ਆਇਲ ਵਾਲੀਆਂ ਕੁਝ ਦਾਣੇ ਜਿੱਦਾਂ ਕਹਿ ਲਓ ਸਰੋਂ ਹੋ ਗਈ ਅਤੇ ਨਾਲ ਢਿੰਜਣ ਹੋ ਗਿਆ ਅਤੇ ਬਾਜਰਾ ਹੋ ਗਿਆ, ਇੱਦਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਅਸੀਂ ਛੱਟਾ ਦੇ ਕੇ ਅਤੇ ਉਹਦੀ ਖਾਦ। ਯਾਨੀ ਕਿ ਜਿਹੜਾ ਆਪਣਾ ਪੰਜਾਬ ਦਾ ਪੁਰਾਣਾ ਜਿਹੜਾ ਕ੍ਰੋਪ ਪੈਟਰਨ ਜਾਂ ਖੇਤੀ ਕਰਨ ਦਾ ਤਰੀਕਾ ਇਹ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ 67 ਤੋਂ ਪਹਿਲਾਂ ਜਿਹੜੀ ਖੇਤੀ ਦੀ ਘਣਤਾ ਸੀਗੀ ਉਹ 140% ਸੀਗੀ, ਮਤਲਬ ਜੇ ਕਿਸੇ ਕੋਲ 10 ਖੇਤ ਹੈ ਅਤੇ 10 ਖੇਤਾਂ ਦੇ ਵਿੱਚ ਉਹ
चार खेतों के दो बार दो फसल लैंदा सी, छे खेतों के एको ही फसल लैंदा सी। उस हिसाब के नाल तुसी मतलब यह फ्री किया हो खेत है तो यह भी बड़ी हैल्दी प्रैक्टिस है। दूजी जी गल की तुसी झोना इस बार मिस किया तो अगली बारी तुसी झोना बीजोगे जां बदलवीं फसलां बीजोगे? ठीक है, तो ये जिहड़ा हुण अपना अंदाजा हैगा कि जिहड़ा झोने करके अपना ग्राउंड वाटर बहुत थले चला गया जी। माझा दो दरियावां दे विचाले पैंदा जी, रावी अर ब्यास, ते माझे दे विच वी असीं अगे घरेआला पिंड वी जा के आए हैं ना, ते माझे दे विच वी जिहड़ा पाणी दा पद्धर है वह 150 फुट नूं चला गया, जिहड़ा दो दरियावां दे विचाले पैंदी धरती है ना, उहदे करके आपां नूं इह है कि बड़ा सीरीयस इहदी स्थिति बन गई हुई है। झोने यूनिवर्सिटी कहती है कि 35 पानी लगते हैं ना, अपने किसान तो ज्यादा ही लाते हैं तो सुकने नहीं देंगे, तो जिहड़ियां हुण तुहानूं लगता कि तुसीं झोने की जगह अगली सौनी वेले बदलवीं फसलां बीजोगे उन्हां नाल तुसीं किन्ना कु पानी तुहानूं लगता कि झोने की बजाय घट वरत लोगे? जिदा रागी आ ਉਹ ਵੀ ਬਹੁਤ ਘੱਟ ਪਾਣੀ ਲੈਂਦੀ ਆ ਤੇ ਕੋਧਰਾ ਵਾ ਉਹ ਵੀ ਬਹੁਤ ਘੱਟ ਪਾਣੀ ਲੈਂਦਾ ਆ। ਸਗੋਂ ਅਸੀਂ ਪਿਛਲੀ ਵਾਰੀ ਗਲਤੀ ਇਹ ਕੀਤੀ ਕਿ ਅਸੀਂ ਰਾਗੀ ਲਾਈ ਤੇ ਜਿੱਦਾਂ ਆਦਤ ਬਣੀ ਹੈ ਕਿ ਬਸ ਪਾਣੀ ਹੋਣਾ ਚਾਹੀਦਾ ਥੱਲੇ, ਉਹਦੇ ਨਾਲ ਸਗੋਂ ਸਾਡੇ ਜੜਾਂ ਦੇ ਵਿੱਚ ਫੰਗਸ ਆ ਗਈ ਰਾਗੀ ਦੇ, ਤੇ ਮਤਲਬ ਇਹ ਫਸਲਾਂ ਬਹੁਤ ਘੱਟ ਪਾਣੀ ਲੈਂਦੀਆਂ। ਇੱਕ ਬਰਸਾਤ ਤੇ ਜ਼ਿਆਦਾ ਨਿਰਭਰ ਹੁੰਦੀਆਂ ਕਿ ਥੱਲੇ ਧਰਤੀ ਹੇਠਲੇ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਆ, ਤੇ ਇੱਕ ਜਿਹੜਾ ਆਪਾਂ ਅਸ਼ਾਦਨ ਕਰਦੇ ਹਾਂ ਉਹਦੇ ਨਾਲ ਵੀ ਮਤਲਬ ਪਾਣੀ ਦੀ ਘੱਟ ਲੋੜ ਪੈਂਦੀ ਹੈ, ਤੇ ਇਸ ਕਰਕੇ ਹੀ ਜ਼ਿਆਦਾ ਮਿਲਟਸ ਨੂੰ ਮਤਲਬ ਤਰਜੀਹ ਦਿੰਦੇ ਹਾਂ। ਟੋਟਲ ਝੋਨਾ ਰਿਪਲੇਸ ਕਰੋਗੇ ਜਾਂ ਜਿਹੜੀਆਂ ਪੰਜਾਬ ਦੀਆਂ ਪੁਰਾਣੀ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਚੌਲ ਸੀਗਾ ਉਹ ਬਾਸਮਤੀ ਦੇ ਰੂਪ 'ਚ ਹੁੰਦਾ ਸੀਗਾ ਜੀ, ਜਿਹੜਾ ਬਹੁਤ ਘੱਟ ਪਾਣੀ ਦੇ ਨਾਲ ਹੋ ਜਾਂਦਾ, ਉਹਦਾ ਵੀ ਤੁਹਾਡਾ ਕੋਈ ਹੈ ਇਸ ਤਰੀਕੇ ਦਾ ਆਈਡੀਆ? ਬਾਸਮਤੀ ਦਾ ਇੱਦਾਂ ਵਾ ਕਿ ਅੱਜ ਆਪਣੇ ਤੋਂ ਜਿਵੇਂ ਜਿਵੇਂ ਡਿਮਾਂਡ ਦੀ ਗੱਲ ਕਰਦੇ ਹਾਂ, ਅਜੇ ਮੇਰੇ ਤੋਂ ਕੁਝ ਗਾਹਕ ਜਿਹੜੇ ਹੈਗੇ ਆ ਜਿਹੜੇ ਬਾਸਮਤੀ ਜਿਹੜੇ ਚੌਲਾਂ ਦੀ, ਕਿਉਂਕਿ ਮਾਝੇ ਦੀ ਬਾਸਮਤੀ ਕਾਫੀ ਪਹਿਲਾਂ ਹੁੰਦੀ ਰਹੀ। ਬਿਲਕੁਲ ਜੀ, ਬਿਲਕੁਲ। ਅਤੇ ਬਾਸਮਤੀ ਵਾਸਤੇ ਜਿਵੇਂ ਮੇਰੇ ਤੋਂ ਮੈਂ ਐਰਕੀ 2.5 ਕਿੱਲੇ ਜ਼ਮੀਨ, ਇਸ ਤੋਂ ਉੱਤੇ ਮੈਂ 2.5 ਕਿੱਲੇ ਮਤਲਬ ਜਿਹੜੀ ਉਹ ਨਹੀਂ ਕਰਨੀ ਐਰਕੀ। ਇਸ ਵਾਰ ਇੱਦਾਂ ਵਾ ਕਿ 3 ਕਿੱਲੇ ਮੈਂ ਔਰ ਪਹਿਲਾਂ ਹੀ ਛੱਡ ਚੁੱਕਾ ਵਾਂ, ਠੀਕ ਹੈ ਜੀ। 2.5 ਕਿੱਲੇ ਦੇ ਵਿੱਚ ਮੈਂ ਪਹਿਲਾਂ ਜੋ ਸੋਚਿਆ ਸੀਗਾ ਕਿ ਜਿਵੇਂ ਵੱਟਾਂ ਉੱਪਰ ਝੋਨਾ ਲਾਉਣ ਦਾ ਜਿਵੇਂ ਜਾਂ ਬਾਸਮਤੀ ਲਾਉਣ ਦਾ ਜਿਹੜਾ ਹੈਗਾ ਸੀਗਾ, ਜਾਂ ਡਾਇਰੈਕਟ ਸੀਡਿੰਗ ਦੀ ਜੇ ਗੱਲ ਕਰਦੇ ਹਾਂ ਆਪਾਂ, ਉਸ ਪਾਸੇ ਆਉਣ ਦਾ ਸਾਡਾ ਪੂਰਾ ਮਤਲਬ ਪਲਾਨ ਸੀਗਾ। ਪਰ ਹੁਣ 3 ਕਿੱਲਿਆਂ ਦੀ ਔਲਰੇਡੀ ਅਸੀਂ ਮਤਲਬ ਛੱਡ ਚੁੱਕੇ ਹਾਂ, ਜਿਹਦਾ ਕਰਕੇ ਫਿਰ ਜਿਹੜਾ ਇੱਕ ਫਾਈਨੈਂਸ਼ਲੀ ਵੀ ਜੇ ਆਪਾਂ ਗੱਲ ਕਰਦੇ ਹਾਂ ਉਹ ਚੀਜ਼ ਮੈਂ ਜਿਹੜਾ ਵਾ ਆਪਦੇ ਖੇਤ ਵਿੱਚ ਜਿਹੜਾ ਵਾ ਨਹੀਂ ਕਰ ਸਕਦਾ ਹਜੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੈਂ ਸੋਚਿਆ ਵਾ ਕਿ ਜਿਵੇਂ ਬਾਸਮਤੀ ਦਾ ਜਿਹੜਾ ਵਾ ਉਹ ਜਾਂ ਤਾਂ ਡਾਇਰੈਕਟ ਸੀਡਿੰਗ ਜਾਂ ਜਿਹੜੀ ਆ ਉਹ ਵੱਟਾਂ ਦੇ ਉੱਪਰ, ਅਤੇ ਕੱਦੂ ਦਾ ਮੈਂ ਮਤਲਬ ਜਿਹੜਾ ਚਿੱਕੜ ਮਾਰ ਦੇਣਾ ਜਿਹੜਾ ਨੋਰਮਲ ਝੋਨਾ ਅਤੇ ਕੱਦੂ ਉਹ ਬਿਲਕੁਲ ਕੋਸ਼ਿਸ਼ ਕਰੂੰਗਾ ਕਿ ਹਾਂ ਵੀ ਉਹ ਜਿਹੜਾ ਵਾ ਬਿਲਕੁਲ। ਅੱਛਾ ਇੱਕ ਗੱਲ ਹੋਰ, ਨੋਰਮਲੀ ਪ੍ਰੋਫੈਸਰ ਪੂਰਨ ਸਿੰਘ ਹੋਣਾਂ ਦਾ ਵੀ ਮੈਂ ਪੜ੍ਹਿਆ ਸੀਗਾ, ਯੂਨੀਵਰਸਿਟੀ ਦੇ ਬਾਗਬਾਨੀ ਮਹਿਕਮਾ ਵੀ ਕਹਿੰਦਾ ਕਿ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਜੀ, ਅੰਮ੍ਰਿਤਸਰ ਦੇ ਵਿੱਚ ਹਰੇਕ ਤਰ੍ਹਾਂ ਦਾ ਫਲ ਜਿਹੜਾ ਉਹ ਹੋ ਜਾਂਦਾ ਜੀ। ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਆ ਅੰਮ੍ਰਿਤਸਰ ਦੇ ਨੂੰ ਬਾਗਬਾਨੀ ਲਈ। ਬਾਗਬਾਨੀ ਐਜ਼ ਏ ਕੰਪਲੀਟ ਜਾਂ ਆਪਣੀ ਜ਼ਮੀਨ ਦੇ ਵਿੱਚ ਕੋਈ ਫਲ ਲਾਉਣ ਦਾ ਵੀ ਤੁਹਾਡਾ ਹੈ ਵਿਚਾਰ, ਵੱਖਰੀ ਵੱਖਰੀ ਤਰ੍ਹਾਂ ਦੀ ਫਲਾਂ ਦੀ ਵੀ ਕਰ ਸਕਦੇ? ਇਸ ਚੀਜ਼ ਦਾ ਮਤਲਬ ਜਿਵੇਂ ਆਪਾਂ ਪਹਿਲਾਂ ਸੀਗਾ ਹੈ ਨਾ, ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਪਤਾ ਕੀਤਾ ਸੀਗਾ ਕਿ ਮਤਲਬ ਪੰਜਾਬ ਦੇ ਵਿੱਚ ਜਿਹੜਾ ਸੀਗਾ 33-34% ਜਿਹੜਾ ਸੀਗਾ ਉਹ ਜੰਗਲ ਦਾ ਰਕਬਾ ਸੀਗਾ, ਜਿਹੜਾ ਕਿ ਹੁਣ 3-4% ਦੇ ਆਸ ਪਾਸ ਰਹਿ ਗਿਆ। ਸਾਡੇ ਵੱਲੋਂ ਕੋਸ਼ਿਸ਼ ਇਹੀ ਆ ਜਿਵੇਂ ਹੁਣ ਸਾਡੇ ਆ ਜਿਹੜਾ ਫਾਰਮ ਆ ਇਹਦੇ ਨਾਲ ਨਾਲ ਵੀ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਫਲਦਾਰ ਜਿਹੜੇ ਬੂਟੇ ਆ, ਚਲੋ ਆਪਾਂ ਜੇ ਉਹਨੂੰ ਵੇਚਣ ਦੀ ਗੱਲ ਨਾ ਕਰੀਏ, ਘੱਟੋ ਘੱਟ ਆਪਣੇ ਪਰਿਵਾਰ ਜੋਗੇ ਜਿਹੜੇ ਅਸੀਂ ਕਰ ਦਈਏ, ਇਹਦੇ ਨਾਲ ਨਾਲ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਫਲਦਾਰ ਬੂਟੇ ਜਿਹੜੇ ਉਹ ਲਾਏ ਗਏ ਆ। ਬਾਕੀ ਜ਼ਮੀਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ, ਜਿਹੜੀ ਵਾਹੀਯੋਗ ਜ਼ਮੀਨ ਆ ਉਹਦੇ ਵਿੱਚ ਅਸੀਂ ਸਾਡੇ ਵੱਲੋਂ ਪੂਰੀ ਪਲੈਨਿੰਗ ਆ ਕਿ ਉਹਦੇ ਵਿੱਚ ਇੱਕ ਮਾਡਲ ਤਿਆਰ ਕਰਾਂਗੇ ਜਿਹਦੇ ਵਿੱਚ ਜਿਹੜਾ ਵਾ ਜਿਵੇਂ ਆਪਾਂ ਗੰਨਾ ਲੈਂਦੇ ਹਾਂ ਗੰਨੇ ਦੇ ਵਿੱਚ ਹੀ ਇੱਕ ਇੱਦਾਂ ਦਾ ਮਾਡਲ ਕਰਾਂਗੇ ਕਿ ਹਾਂ ਵੀ ਜਿਹੜਾ ਇੱਕ ਲਾਈਨ ਪੂਰੀ ਦੀ ਪੂਰੀ ਜਿਹੜੀ ਆ ਸਾਡੇ ਫਲਦਾਰ ਬੂਟਿਆਂ ਦੀ ਹੋਏਗੀ। ਠੀਕ, ਇੱਥੇ ਤੁਹਾਡੇ ਏਰੀਏ ਦੇ ਵਿੱਚ ਨਹਿਰੀ ਪਾਣੀ ਦੀ ਵੀ ਕੋਈ ਸਹੂਲਤ ਹੈਗੀ? ਨਹਿਰੀ ਪਾਣੀ ਦੀ ਸਹੂਲਤ ਸਾਡੇ ਲਾਗੇ ਬਿਲਕੁਲ ਲੰਘਦੀ ਨਹਿਰ, ਪਰ ਉਸ ਪਾਸੇ ਰੁਝਾਨ ਸਾਡੇ ਪੁਰਾਣੇ ਬਜ਼ੁਰਗਾਂ ਦਾ ਘੱਟ ਗਿਆ ਸੀਗਾ ਕਿਸੇ ਇੱਕ ਸਮਾਂ ਸੀਗਾ, ਅਤੇ ਇੱਥੋਂ ਤੱਕ ਗੰਦ ਜ਼ਿਆਦਾ ਹੁੰਦਾ ਮਤਲਬ ਨਦੀਨ ਵਿੱਚ ਜ਼ਿਆਦਾ ਹੁੰਦਾ, ਇਹ ਇੱਕ ਰੁਝਾਨ ਸੀਗਾ ਉਸ ਸਮੇਂ ਜਦੋਂ ਸਾਡਾ ਮੋਗਾ ਬੰਦ ਹੋਇਆ। ਇੱਥੋਂ ਪਹਿਲਾਂ ਲੱਗਦਾ ਪਹਿਲਾਂ ਮੋਗਾ ਲੱਗਦਾ ਸੀਗਾ, ਇੱਥੋਂ ਤੱਕ ਸਾਡੇ ਘਰ ਦੇ ਬਿਲਕੁਲ ਨਾਲ ਜਿਹੜਾ ਸੀਗਾ ਉਹ ਖਾਲ ਆਉਂਦਾ ਵਾ, ਅਜੇ ਵੀ ਹੈਗਾ ਵਾ ਉਹਦੇ ਵਿੱਚ, ਪਰ ਮੋਗਾ ਉਹ ਕਟਵਾ ਤਾ ਜੀ। ਅੱਛਾ, ਮਤਲਬ ਸਾਡੇ ਬਜ਼ੁਰਗਾਂ ਵੱਲੋਂ, ਅਤੇ ਜੋ ਕਿ ਸਾਨੂੰ ਲੱਗਦਾ ਕਿ ਹਾਂ ਵੀ ਹੁਣ ਜਿਹੜਾ ਜੇ ਹੁੰਦਾ ਤਾਂ ਸਾਡੀ ਬੜੀ ਜਾਣ ਸੌਖੀ ਹੋਣੀ ਸੀ। ਇਹ ਕਿਉਂਕਿ ਅਸੀਂ ਜਿੰਨੀ ਸਾਰੀ ਆਹ ਪਹਿਲਾਂ ਸਾਡੇ 'ਤੇ ਨਹੀਂ ਇਹ ਸੀਗਾ, ਅਸੀਂ ਇਸ ਯਾਤਰਾ ਦੌਰਾਨ ਦੇਖਿਆ ਕਿ ਪਾਣੀ ਜਿਹੜਾ ਨਹਿਰੀ ਪਾਣੀ ਸੀਗਾ
ਉਹਦੀ ਜਿਹੜੀ ਵੰਡ ਹੈ ਉਹਦੇ ਵਿੱਚ ਵੀ ਚਾਹੇ ਜਿਹੜਾ ਆਪਾਂ ਟੋਟਲ ਕਮਾਂਡ ਏਰੀਆ ਨਹਿਰਾਂ ਦਾ ਦੇਖਦੇ ਹਾਂ ਉਹ ਕਿਸੇ ਵਕਤ ਜਿਹੜਾ ਸੀਗਾ ਉਹਦੇ ਨਾਲ ਥੋੜ੍ਹਾ ਜਿਹਾ ਘਟਿਆ ਜੀ ਅਤੇ ਉਹ ਸਾਊਥਵਰਡ ਪੰਜਾਬ ਦੇ ਸਾਊਦਰਨ ਜਿਹੜੇ ਜ਼ਿਲ੍ਹੇ ਦੱਖਣੀ ਜ਼ਿਲ੍ਹੇ ਆ ਉਹਨਾਂ ਵੱਲ ਪਾਣੀ ਦਾ ਨਹਿਰੀ ਪਾਣੀ ਦੀ ਕਮਾਂਡ ਏਰੀਆ ਉਹ ਵੱਧਦਾ ਜਾ ਰਿਹਾ ਜੀ ਜਿਹੜੇ ਮਾਝੇ ਦੁਆਬੇ ਅਤੇ ਸੈਂਟਰਲ ਲੁਧਿਆਣਾ ਸੈਂਟਰਲ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਉੱਥੇ ਘਟਦਾ ਜਾ ਰਿਹਾ ਜੀ ਇਹਦੇ ਵੱਖਰੀ ਤਰ੍ਹਾਂ ਦੇ ਕਾਫੀ ਕਾਰਨ ਹੋ ਸਕਦੇ ਹੈ ਨਾ ਜੀ ਮਤਲਬ ਜੇ ਹੁਣ ਦੁਆਰਾ ਜੇ ਤੁਸੀਂ ਖੇਤੀ ਕਰਨ ਲੱਗੇ ਹਾਂ ਆਪਣੀ ਜਨਰੇਸ਼ਨ ਤੁਸੀਂ ਤਾਂ 2.5 ਸਾਲ ਤੋਂ ਕਰਨ ਲੱਗੇ ਜੀ ਜੀ ਜੇ ਇਹ ਨਹਿਰੀ ਪਾਣੀ ਅਵੇਲੇਬਲ ਹੋਏ ਤਾਂ ਤੁਸੀਂ ਇਹਨੂੰ ਵਰਤਣ ਦੇ ਇੱਛੁਕ ਹੈ ਮਤਲਬ ਇੱਕ ਆਖਰੀ ਗੱਲ ਮੈਂ ਤੁਹਾਡੇ ਤੋਂ ਹੀ ਪੁੱਛਣੀ ਖਾਸ ਕਰਕੇ ਇੱਕ ਜਿੱਥੇ ਕੁਦਰਤੀ ਖੇਤੀ ਦੀ ਆਪਾਂ ਸਾਰੀ ਗੱਲ ਕੀਤੀ ਹੈ ਤੁਹਾਡੇ ਕੋਲ ਜਿਹੜੇ ਪਸ਼ੂ ਨੇ ਉਹ ਵੀ ਪੰਜਾਬ ਦੇ ਕੁਦਰਤੀ ਜਿਹੜੀ ਪੰਜਾਬ ਦੀਆਂ ਨਸਲਾਂ ਗਾਂ ਵੀ ਤੇ ਮੱਝ ਵੀ ਇਹ ਨੇ ਇਹ ਰੱਖਣ ਦੇ ਲਈ ਦਾ ਕਿਆ ਮੰਤਵ ਹੈਗਾ ਇਹੀ ਨਸਲਾਂ ਕਿਉਂ ਰੱਖੀਆਂ ਹੋਈਆਂ ਇਹ ਜਿੱਦਾਂ ਦੱਸਦੇ ਆ ਕਿ ਦੇਸੀ ਗਾਂ ਦੇ ਗੋਬਰ ਦੇ ਵਿੱਚ ਕਿ ਬਹੁਤ ਜ਼ਿਆਦਾ ਇੱਕ ਗ੍ਰਾਮ ਗੋਬਰ ਦੇ ਵਿੱਚ ਹੀ 300 ਕਰੋੜ ਜਿਹੜੇ ਆ ਉਹ ਛੋਟੇ ਸੂਕਸ਼ਮ ਜੀਵਾਣੂ ਹੁੰਦੇ ਆ ਅਤੇ ਇਹਦੇ ਤੋਂ ਹੀ ਅਸੀਂ ਮਤਲਬ ਜੀਵ ਅੰਮ੍ਰਿਤ ਤਿਆਰ ਕਰਦੇ ਹਾਂ ਜਿਹੜਾ ਕਿ ਮੇਨ ਥੰਮ ਆ ਸਾਡੀ ਖੇਤੀ ਦਾ ਅਤੇ ਉਹ ਫਿਰ ਇਸ ਕਰਕੇ ਹੀ ਇਹਨਾਂ ਨੂੰ ਰੱਖਿਆ ਅਤੇ ਇੱਕ ਕੁਝ ਇਹਦੇ ਦੁੱਧ ਵਿੱਚ ਵੀ ਜ਼ਿਆਦਾ ਗੁਣਵੱਤਾ ਆ ਬਾਕੀ ਮਤਲਬ ਐਚ ਐਫ ਦੇ ਕੰਪੈਰੇਟਿਵ ਇੱਕ ਜਿੱਦਾਂ ਦੁੱਧ ਦਾ ਇੱਕ ਤਾਂ ਤੁਹਾਡੀ ਕੁਦਰਤੀ ਖੇਤੀ ਲਈ ਇਹਦੀ ਲੋੜ ਹੈ ਇੱਕ ਗੁਣਵੱਤਾ ਦੀ ਲੋੜ ਹੈ ਇੱਕ ਜਿੱਦਾਂ ਹੁਣ ਤੁਹਾਡੇ ਕੋਲ ਪ੍ਰਸ਼ਾਦਾ ਛਕਿਆ ਉਹਦਾ ਜਿਹੜਾ ਦਹੀਂ ਸੀਗਾ ਉਹ ਮੰਨਦਾ ਇਹਨਾਂ ਦੇ ਦੁੱਧ ਦਾ ਹੀ ਸੀਗਾ ਹੈ ਨਾ ਇਹਦੇ 'ਚ ਕੋਈ ਸਵਾਦ ਦਾ ਵੀ ਫਰਕ ਹੈਗਾ ਬਿਲਕੁਲ ਬਿਲਕੁਲ ਇੱਦਾਂ ਵਾ ਕਿ ਜਦੋਂ ਅਸੀਂ ਜਿਵੇਂ ਸ਼ੁਰੂ ਕੀਤਾ ਸੀਗਾ ਖੇਤੀ ਹੁਣ ਜਿਵੇਂ ਅਸੀਂ ਇਹਨਾਂ ਨੂੰ ਜਿਹੜਾ ਫੋਡਰ ਪਾਉਂਦੇ ਹਾਂ ਉਹ ਵੀ ਬਿਲਕੁਲ ਜਿਹੜਾ ਵਾ ਔਰਗੈਨਿਕ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਪਰੇ ਰੇਹ ਸਪਰੇ ਨਹੀਂ ਇਹਦੇ ਸਵਾਦ ਦਾ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਸਾਨੂੰ ਪਤਾ ਲੱਗਾ ਸੀਗਾ ਪਰ ਹੁਣ ਅਸੀਂ ਜਿਵੇਂ ਇਹ ਚੀਜ਼ ਦੇ ਯੂਜ਼ ਟੂ ਹੋ ਗਏ ਕਿ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਪਰ ਜਿਵੇਂ ਕੋਈ ਬਾਹਰੋਂ ਆਉਂਦਾ ਵਾ ਜਾਂ ਉਹ ਚੀਜ਼ ਨੂੰ ਜ਼ਰੂਰ ਉਹ ਚੀਜ਼ ਨੂੰ ਮਤਲਬ ਕਰਦਾ ਤੁਸੀਂ ਦੂਜੀ ਜਗ੍ਹਾ ਜਾਂਦੇ ਹੋ ਤਾਂ ਸਾਨੂੰ ਮਹਿਸੂਸ ਹੁੰਦਾ ਥੋੜ੍ਹਾ ਜਿਹਾ ਇਹ ਇਕੱਲਾ ਗਾਂ ਜਿਹੜੇ ਪਸ਼ੂ ਆ ਉਹਨਾਂ ਦੇ ਦੁੱਧ ਦੀ ਗੱਲ ਨਹੀਂ ਕਰੀਏ ਕਿ ਆਪਾਂ ਹਰ ਇੱਕ ਤਰ੍ਹਾਂ ਦੀ ਕੋਈ ਵੀ ਫਸਲ ਵਾ ਉਹਦਾ ਜਿਹੜੇ ਹੁਣ ਮੈਂ ਜਿਨ੍ਹਾਂ ਨੂੰ ਗਾਹਕਾਂ ਨੂੰ ਮੈਂ ਕੀ ਕਣਕ ਦਿੱਤੀ ਆ ਉਹਨਾਂ ਦੇ ਜੋ ਮੈਨੂੰ ਮਤਲਬ ਉਹਨਾਂ ਵੱਲੋਂ ਜਿਹੜੇ ਕਮੈਂਟ ਆਏ ਆ ਉਹ ਇਹ ਆ ਕਿ ਹਾਂ ਵੀ ਆਟੇ ਦਾ ਜ਼ਮੀਨ ਅਸਮਾਨ ਦਾ ਫਰਕ ਸੀਗਾ ਸਵਾਦ ਦਾ ਅਤੇ ਬਿਲਕੁਲ ਜੀ ਇਹ ਤਾਂ ਗੱਲ 100% ਸੱਚ ਵਾ ਕਿ ਹਾਂ ਵੀ ਇਹਦਾ ਫਰਕ ਤਾਂ ਜ਼ਰੂਰ ਹੁੰਦਾ ਜੀ ਸਵਾਦ ਦਾ ਚਲੋ ਬਿਲਕੁਲ ਅਖੀਰ ਦੇ ਵਿੱਚ ਆਖਰੀ ਜੇ ਸਵਾਲ ਤੁਹਾਨੂੰ ਮੈਂ ਪੁੱਛਣਾ ਹੋਵੇ ਬਈ ਜਿਹੜਾ ਤੁਹਾਡਾ ਬਾਹਰੋਂ ਇੱਥੇ ਆਉਣ ਦਾ ਫੈਸਲਾ ਸੀਗਾ ਜੀ 5 ਸਾਲ ਹੋ ਗਿਆ ਚਲੋ ਬਹੁਤ ਜ਼ਿਆਦਾ ਟਾਈਮ 'ਤੇ ਨਹੀਂ ਹੋ ਗਿਆ ਫਿਰ ਵੀ 5 ਸਾਲ ਕਾਫੀ ਹੁੰਦੇ ਆ ਇੱਦਾਂ ਹੁਣ ਤੁਹਾਨੂੰ ਜਦੋਂ ਤੁਸੀਂ ਕੁਦਰਤੀ ਖੇਤੀ ਕਰਦੇ ਹਾਂ ਪੰਜਾਬ 'ਚ ਰਹਿ ਰਹੇ ਹਾਂ ਉੱਥੋਂ ਛੱਡ ਕੇ ਆ ਕੇ ਕਦੇ ਇੱਦਾਂ ਤਾਂ ਨਹੀਂ ਲੱਗਿਆ ਵੀ ਇਹ ਗਲਤ ਫੈਸਲਾ ਹੋ ਗਿਆ ਸੀਗਾ ਕਦੀ ਨਹੀਂ ਬੜਾ ਚੰਗਾ ਲੱਗਦਾ ਇਹ ਇੱਕ ਤਰ੍ਹਾਂ ਦੀ ਇੱਕ ਮਨ ਦੀ ਇੱਕ ਸੰਤੁਸ਼ਟੀ ਆ ਜੇ ਅਸੀਂ ਜੇ ਇਹ ਇਕੱਲੀ ਕੁਦਰਤੀ ਜੇ ਆਪਾਂ ਚਲੋ ਲੋਕ ਇਸ ਚੀਜ਼ ਦਾ ਰੇਟ 'ਤੇ ਭਰਦੇ ਆ ਇਹ ਤਾਂ ਬਿਲਕੁਲ ਸਹੀ ਗੱਲ ਆ ਕਿ ਹਾਂ ਵੀ ਲੋਕ ਮਹਿੰਗਾ ਲੈਂਦੇ ਆ ਚੀਜ਼ ਨੂੰ ਇੱਕ ਮਨ ਦੀ ਸੈਟਿਸਫੈਕਸ਼ਨ ਮਨ ਦੀ ਸੰਤੁਸ਼ਟੀ ਬੜੀ ਆ ਜੀ ਇਹ ਚੀਜ਼ ਕਿ ਰਾਤ ਨੂੰ ਘੱਟੋ ਘੱਟ ਇਹ ਆ ਕਿ ਹਾਂ ਵੀ ਅਸੀਂ ਕੋਈ ਨਾ ਕੋਈ ਚੰਗਾ ਕੰਮ ਕਰਕੇ ਸੁੱਤੇ ਹਾਂ ਜੇ ਕੁਦਰਤੀ ਖੇਤੀ ਕਰ ਰਹੇ ਕਿੰਨਾ ਵੀ ਥੱਕ ਕੇ ਆਏ ਹੁੰਦੇ ਤੇ ਸਾਨੂੰ ਹੁੰਦਾ ਕਿ 5 ਵਜੇ ਹੀ ਮਤਲਬ ਸਿੱਧਾ ਇੱਥੇ ਆਉਣਾ ਵਾ ਕਿ ਇੱਥੇ ਕੰਮ ਕਰਨਾ ਇਹ ਮਤਲਬ ਇਹ ਸਾਨੂੰ ਥਕਾਉਂਦਾ ਨਹੀਂ ਆ ਇਹਦੇ ਨਾਲ ਚੰਗਾ ਲੱਗਦਾ ਬਸ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਨੌਕਰੀ ਕਰਦਾ 9 ਤੋਂ 5 ਮੇਰੀ ਡਿਊਟੀ ਆ ਮੈਂ ਕੋਸ਼ਿਸ਼ ਕਰਦਾ ਵਾਂ ਕਿ ਜਿਵੇਂ ਸਵੇਰੇ ਅਸੀਂ ਜਿਵੇਂ ਪਸ਼ੂ ਚੋਏ ਚੋਣ ਤੋਂ ਬਾਅਦ ਜਿਹੜਾ ਵਾ ਉਹ ਤੋਂ ਬਾਅਦ ਜਿਹੜਾ ਹਰ ਤੋਂ 2 ਘੰਟੇ ਸਮਾਂ ਵਾ 6 ਤੋਂ 8 ਉਹ ਸਮੇਂ ਦੇ ਵਿੱਚ ਮੈਂ ਮੇਰੇ ਨਾਲ ਬੰਦਾ ਮੁੰਡਾ ਇੱਕ ਹੈਗਾ ਵਾ ਇੱਥੇ ਜਿਹੜੀ ਸਾਡੀ ਹੈਲਪ ਕਰਦਾ ਅਸੀਂ ਦੋਵਾਂ ਦੀ ਕੋਸ਼ਿਸ਼ ਆ ਕਿ ਅਸੀਂ ਬੰਨੇ ਵਗੈਰਾ ਜਿਹੜੇ ਅਸੀਂ ਉਹ ਕੰਮ ਕਰਨਾ ਇਹਦੇ ਖੇਤਾਂ ਦੇ ਵਿੱਚ 2 ਘੰਟੇ ਸਵੇਰੇ ਅਤੇ 5 ਵਜੇ ਤੋਂ ਬਾਅਦ ਜਦੋਂ ਮੈਂ ਡਿਊਟੀ ਤੋਂ ਆਉਣਾ ਵਾਂ 15-20 ਮਿੰਟ ਫਰੈਸ਼ ਹੋਣ ਤੋਂ ਬਾਅਦ ਇਹਨੇ ਵੀ ਮੇਰੀ ਵੇਟ ਕਰਨੀ ਆ ਕਿ ਕਦੋਂ ਗੁਰਪ੍ਰੀਤ ਆਉਣ ਅਤੇ ਮੈਂ ਵੀ ਹੁੰਦਾ ਕਿ ਕਦੋਂ ਮੈਂ ਘਰੇ ਪਹੁੰਚਾਂ ਅਤੇ ਅਸੀਂ ਦੋਵੇਂ ਰਲ ਕੇ ਜਿਹੜਾ ਵਾ ਇੱਥੇ ਕੰਮ ਕਰੀਏ ਇਹਨੂੰ ਸਾਫ਼ ਰੱਖਣ ਦਾ ਇਹਨੂੰ ਜੇ ਖੇਤਾਂ ਦੀ ਗੱਲ ਕਰਦੇ ਹਾਂ ਖੇਤਾਂ ਦੇ ਵਿੱਚ ਕੰਮ ਜੇ ਕੋਈ ਵੀ ਆ ਉਹ ਕੋਸ਼ਿਸ਼ ਸਾਡੇ ਵੱਲੋਂ ਹੁੰਦੀ ਹੈ ਕਿ ਅਸੀਂ ਆਪ ਕਰੀਏ ਬਾਕੀ ਕੋਸ਼ਿਸ਼ ਕਰਦੇ ਹਾਂ ਕਿ 4 ਤੋਂ 5 ਘੰਟੇ ਖੇਤਾਂ ਨੂੰ ਜ਼ਰੂਰ ਦੇਈਏ ਅਸੀਂ ਜਿਹੜੇ ਜਦੋਂ ਇਹ ਸਾਰੀ ਪਾਣੀ ਵਾਲੀ ਮੁਹਿੰਮ ਸ਼ੁਰੂ ਕੀਤੀ ਸੀਗੀ ਹੈ ਨਾ ਸਾਡੇ ਲਈ ਵੀ ਬਹੁਤ ਬੰਦਿਆਂ ਦੇ ਸਵਾਲ ਸੀਗਾ ਕਿ ਕਿਸਾਨ ਤਾਂ ਆਲਰੇਡੀ ਇੰਨਾ ਕਰਜ਼ੇ ਦੇ ਹੇਠ ਹੈਗਾ ਵੀ ਉਹਦੇ ਕੋਲੋਂ ਜੇ ਤੁਸੀਂ ਉਹਨੂੰ ਝੋਨਾ ਘਟਾਉਣ ਲਈ ਕਹੋਗੇ ਸ਼ਾਇਦ ਉਹ ਇਹ ਗੱਲ ਅਫੋਰਡ ਨਹੀਂ ਕਰ ਸਕਦਾ ਹੈ ਨਾ ਫਿਰ ਅਸੀਂ ਇਹ 2 ਸਾਲ ਤੁਸੀਂ ਸੋਚ ਰਹੇ ਸੀਗੇ ਕਿੱਦਾਂ ਕੀਤਾ ਜਾਏ ਤੋ ਉਦੋਂ ਅਸੀਂ ਬਹੁਤਾ ਇਸ ਮੁਹਿੰਮ ਦਾ ਫੋਕਸ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿਹੜੇ NRI ਹੈਗੇ ਉਹਨਾਂ ਨੂੰ ਅਪੀਲ ਕਰਦੇ ਹਾਂ
कि एन आर आई जे पंजाब दे हुण कोई चलो गिणती तो नहीं है बट उदा अंदाजा है कि 30 लाख के आस पास प्रवास दे प्रवासी पंजाबी है जी। जो सारे एक एकड़ भी आपका झोना वो फ्री कर देन तो उन्होंने 20 to 22 हज़ार के आस पास घाटा पैंदा तो औसतन यानी कि 200 to 300 डॉलर पैंदा। हुण तुसीं भी बाहर रहे हैं जे किसी भी बंदे नूं उत्थे बाहर जिहड़ा पी आर हो गया उदू बाद वाले की गल करिए 200-300 डॉलर साल का कढ़ना किन्ना कोई वड्डी गल जे तुसीं अपने हिसाब नाल सोचो। मैं उत्थे जिथे मैं जदों न्यूजीलैंड सीगा जदों मैं जॉब करदा हाँ उत्थे रेस्टोरेंट ब्रांड दे विच मैं नौकरी करदा हुंदा हां मैं 40 घंटे हफ्ते का काम करन तों बाद जिहड़ा सी मेरा तकरीबन 600 डॉलर दे आस पास जिहड़ा 550 to 600 डॉलर दे आस पास पैकेज सीगा जे मैं हफ्ते विच 600 डॉलर उत्थे बचा सकदा हां उहदे विच खर्चा ला लो 200-250 डॉलर हाँ 200-250 डॉलर मेरी एक हफ्ते की कमाई है लैस दैन एक हफ्ते की कमाई तो फिर तो कुछ भी नहीं कुछ है। नहीं बिल्कुल कुछ नहीं उसे आम जी 250-300 डॉलर कोई ज़्यादा वही कोई रकम नहीं हैगी। ओके ठीक है कोई अपने तौर के उ गल जी सू लगता हो रह गई हो खास करके जेडे नौजवान एन आर आई है क्योंकि पंजाब की जो कोई भी समस्या या चुनौती की गल आती है तो पंजाब के पक्ष के जोड़ा सब तो उच्चिया आवाज़ा सब तो बुलंद आवाज़ा तो सब तो मजबूत पहरेदारी वह नौजवान पंजाबियों वालों ही होंगी है। ये अपने आप के जिदा आप दिल्ली के नाल लड़े हाँ बड़े सालों तो 100 साल ही हो गया उदू हो गए वो अपने आप एक चुनौती आ पानी का मसला एक साड़ी अपनी आप के एक चुनौती है जी। तो उस संबंध के जोड़े बाहर आए यूथ हैगा एन आर आई क्या स्नेहा हो क्या कहना चाहोगे पोलिटिकल मूवमेंट्स के लिए कितना पैसा खर्चते हो गए बिल्कुल बिल्कुल तो मेरे ख्याल अं गिणिया भी हरेक इलेक्शन के वेले 100-100 करोड़ च पैसा आता बिल्कुल जी कंपेरिजन जे इतने सिर्फ अपने खेत चो एक झोना घटाना हो मेरे ख्याल कोई बड़ी रकम तो है नहीं तो अपने तौर पर जो सा नौजवान प्रवासी उन्होंने क्या कहना चाहोगे ये ना मतलब साढ़े को आम ही इतने काफ़ी वड्डी उम्र के बजुर्ग भी आते हैं तो वो रिटायर हुए होंगे वो सानू आके कहणगे कि यार अं भी ये करना वा तो सानू फील होंदा कि अं इन्नी छोटी उम्र च ये चीज़ करन डे पे हैं ये इन्नी ज़्यादा सैटिस्फैक्शन आ जो अं बाहर गए हैं तो मैं इन्होंने कहना कि आप जाना कदों वा वापस कि ये कि मतलब इस तो पता पी आर हो जाओ इस तो पता आ रट्टे कोई ना कोई तुरे ही रेंदे आ तो सैटिस्फैक्शन तो फिर भी नहीं है ना फिर अगर बच्चों का बोझ पै जाना या सब कुछ ते मतलब ये सैटिस्फैक्शन आ एक अपने आप नूं पता कि अही कर्म बीजन डे आ जिहड़े कि सच्ची अगे जाके भी काम आउणे आ ते ये सब तो वधिया आ मतलब सो अंत दे विच मैं दुबारा गुरप्रीत सिंह ते नवजीत कौर होणा दा धन्नवाद करदा जिन्हां दे जिहड़े अज आपां सोशल मीडिया दे राहीं जां होर जिन्ने भी सारे साधन हैगे उहनां दे राहीं बहुत सारे कंसर्नड जिहड़े अपने पंजाबी हैगे आ उहनां दीआं हूकां ते हावां सुणदे रहिंदे आ ये प्रैक्टिकली विहारक रूप दे विच पंजाब च कुछ छोटी छोटिया पैड़ां पा रहे हैं शायद इन्हां पैड़ां ते चल के होर बहुत सारे साढ़े प्रवासी होणगे जिहड़े इन्हां पैड़ां दे उत्ते चलणगे ते इह पैड़ां रस्ता बणनगियां किसे दिन सो इन्हां दा बहुत धन्नवाद है महाराज इन्हां नूं विवेक बुद्ध बख्शे बहुत उद्दम बख्शे जिहदे नाल आपां दुबारा एक खुशहाल ते नरोआ पंजाब आपां सिर सकीए। वाहिगुरू जी का खालसा वाहिगुरू जी की फतह।